ਸਰਾ ਤੁਹਾਨੂੰ ਪੈਣਾ ਜੀ ਜੇ ਮੈਂ ਛੋੜ ਲਾ ਫਿਰ ਹੱਟ ਕੋ ਸੱਚ ਨਹੀਂ ਹਾਂ ਦੱਸ ਬੋਲੋ ਕਿੰਨਾ ਦੱਸਦੇ ਤੁਸੀਂ ਮੰਮੀ ਨਾਲੋਂ ਦੁਖੀ ਬੜਾ ਕੀਤਾ ਸੀ ਅਸੀਂ ਤੁਹਾਡੇ ਤੋਂ ਦੁਖੀ ਹੋ ਕੇ ਫਿਰ ਅਸੀਂ ਬਾਬੇ ਕੋ ਗਏ ਤੁਹਾਨੂੰ ਬਸ ਵਿੱਚ ਚਲਾਉਣ ਵਾਸਤੇ ਠੀਕ ਆ ਤੁਸੀਂ ਹੁਣ ਛੋੜਦੀ ਵੀ ਨਹੀਂ ਖਾਂਦੇ ਨੇ ਤੇ ਨੌਕਰ ਬਣਾ ਕੇ ਰੱਖਿਆ ਹੀ ਹਾਂ ਘਰ ਦਾ ਆਪਣੇ ਮੰਮੀ ਤੇ ਹਾਂ ਨੌਵਾਂ ਥੋੜੀ ਸਮਝਿਆ ਸੀ ਤੇ ਤੇਰਾ ਨੌਕਰਾਨੀ ਸਮਝਿਆ ਸੀ ਜੇ ਤੁਸੀਂ ਸਾਨੂੰ ਇਹਨਾਂ ਦੁਖੀ ਨਾ ਕਰਦੇ ਨਾ ਤੇ ਅਸੀਂ ਘਰੇ ਰਹਿਣਾ ਸੀ ਬਾਬੇ ਫਿਰ ਹੁੰਦੀ ਸਪਨਾ ਅਸੀਂ ਤੁਹਾਨੂੰ ਬਸ ਵਿੱਚ ਚਲਾਉਣਾ ਚਾਹੁੰਦੇ ਹਾਂ ਇੱਥੇ ਕਰਕੇ ਪਰ ਸਾਨੂੰ ਕੀ ਪਤਾ ਹੈ ਕਿ ਉਹ ਬਾਬੇ ਨਕਲੀ ਨਿਕਲੇ ਉਹਦੇ ਸਾਨੂੰ ਲੁੱਟ ਫੁੱਟ ਕੇ ਲੈ ਗਏ ਨਾਲੇ ਸਾਡੇ ਟੌਕਸ ਵੀ ਗਵਾਚੇ ਨਹੀਂ ਆਏ ਉਹ ਬਾਬੇ ਨੂੰ ਦੇਖ ਕੇ ਆਏ ਅੱਛਾ ਟੌਕਸ ਬਾਬੇ ਦੇ ਕੇ ਆਇਆ ਜਾਂਦਾ ਅਜੇ ਮੈਨੂੰ ਤੁਸੀਂ ਉਦੋਂ ਮੈਨੂੰ ਦੱਸਿਆ ਹੁੰਦਾ ਤੇ ਮੈਂ ਬਾਬੇ ਦਾ ਸਾਰਾ ਪਤਾ ਕਰ ਲੈਣਾ ਸੀ ਬਾਬੇ ਦਾ ਤੂੰ ਬਾਬਾ ਕਿੱਥੋਂ ਦਾ ਇਹ ਮੁੜ ਕੇ ਦੂਜਾ ਸਮਾਨ ਜਾਣਾ ਹੀ ਨਹੀਂ ਤੇ ਤੂੰ ਹੀ ਮੈਂ ਤਾਂ ਇੰਨਾ ਪੜਦਾ ਰੱਖਿਆ ਮੰਮੀ ਕਹਿੰਦੀ ਸਾਨੂੰ ਜੀਣ ਨਹੀਂ ਦਿੰਦੇ ਘਰ ਅਸੀਂ ਤੁਹਾਡੇ ਤੋਂ ਦੁਖੀ ਬੜੇ ਹੋਏ ਹਾਂ ਤੁਸੀਂ ਕੀ ਕਰਦੇ ਫਿਰ ਮੰਮੀ ਨਹੀਂ ਚੋਰੀ ਤਾਂ ਤਾਂ ਮਿਲਵਾ ਨਹੀਂ ਆਇਆ ਤੁਸੀਂ ਤਾਂ ਬੰਦੇ ਪੈ ਗਏ ਬੰਦੇ ਪੈ ਗਏ ਤੇ ਤੂੰ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਨਹੀਂ ਅਸੀਂ ਤੁਹਾਡੇ ਤੋਂ ਦੁਖੀ ਹੋ ਕੇ ਕਦਮ ਚੁੱਕਿਆ ਵਾ ਨਹੀਂ ਤੇ ਅਸੀਂ ਕੋਈ ਇਹੋ ਜਿਹਾ ਕਦਮ ਨਹੀਂ ਚੁੱਕਣਾ ਜਿਹਦੇ ਨਾਲ ਤੁਹਾਡੇ ਘਰ ਦਾ ਨੁਕਸਾਨ ਹੋਵੇ ਨਹੀਂ ਨੁਕਸਾਨ ਤੁਹਾਨੂੰ ਖਾਂਦੀਆਂ ਪੀਂਦੀਆਂ ਨੂੰ ਕੀ ਗੱਲ ਸੀ ਹੈ ਤੁਸੀਂ ਮੈਂ ਤਾਂ ਇੰਨਾ ਪੜਦਾ ਰੱਖਿਆ ਇੰਨਾ ਪੜਦਾ ਰੱਖਿਆ ਤੁਹਾਨੂੰ ਤੇ ਮੈਂ ਦੱਸਦੀ ਹਾਂ ਨਾ ਇਹ ਤੁਸੀਂ ਕਿਹੜੀ ਕਰਤੂਤ ਕੀਤੀ ਹੈ ਤੁਸੀਂ ਸਾਰਾ ਕੁਛ ਲਟਾਤਾ ਕੋਈ ਮੈਨੂੰ ਉਦਾਂ ਦੱਸਦੀ ਹੈ ਕਿਹੜੀ ਸ਼ਾਨੀ ਮੈਂ ਤੁਹਾਨੂੰ ਦਿੰਦੀ ਹਾਂ ਤੁਹਾਨੂੰ ਮਨੇ ਕਹਿੰਦੀ ਤੇ ਤੁਸੀਂ ਫੜ ਕੇ ਤੇ ਬਾਬੇ ਸੱਦੇ ਘਰ ਮੰਮੀ ਨਾਲ ਕਿੰਨੇ ਵੀ ਕੀਤੀ ਇਹ ਦੱਸੋ ਨਾ ਤੁਹਾਨੂੰ ਕੀ ਨਹੀਂ ਮਿਲਦਾ ਤੁਸੀਂ ਮੈਂ ਤੁਹਾਨੂੰ ਮੈਂ ਸਭ ਕੁਝ ਤੁਹਾਨੂੰ ਮੈਂ ਖਾਣ ਨੂੰ ਹੰਡਾਣ ਨੂੰ ਸਾਰਾ ਕੁਝ ਤੁਹਾਨੂੰ ਮੈਂ ਲਿਆ ਕੇ ਦੇਣੀ ਹੈ ਇਹ ਤੁਸੀਂ ਕਿਹੜੀ ਕਰਤੂਤ ਕੀਤੀ ਮੈਨੂੰ ਪਹਿਲਾਂ ਇਹ ਦੱਸੋ ਮੰਮੀ ਜੀ ਸਾਨੂੰ ਖਾਣ ਨੂੰ ਕੀ ਦਿੰਦੇ ਮੰਮੀ ਨਾ ਕੋਈ ਨਹੀਂ ਉਦੋਂ ਤੂੰ ਦਵਾਈ ਲੈਣ ਗਈ ਤੈਨੂੰ ਮੈਂ 2000 ਰੁਪਇਆ ਦਿੱਤਾ ਤੂੰ ਆਖਿਆ ਵੀ 500 ਰੁਪਇਆ ਰਹਿ ਗਿਆ ਮੈਂ ਤਾਂ 1500 ਰੁਪਇਆ ਲੱਗ ਗਿਆ ਤੈਨੂੰ ਮੈਂ ਉਹ ਵੀ ਨਹੀਂ ਪੁੱਛਿਆ ਮੈਂ ਤੋ ਸਾਡਾ ਤੋ ਮੈਨੂੰ ਬਹਾਨਾ ਮਾਰਤਾ ਵੀ ਸਕੂਟਰੀ ਜੜ ਕੋ ਖੋ ਕੇ ਲੈ ਗਿਆ ਵਾ ਤੜ ਕੋ ਖੋ ਕੇ ਕਿੱਦਾਂ ਲੈ ਗਿਆ ਤੂੰ ਮੈਨੂੰ ਉਦੋਂ ਹੀ ਸੱਚੀ ਗੱਲ ਦੱਸੀ ਹੁੰਦੀ ਤੇ ਮੈਂ ਤਾਂ ਉਦੋਂ ਹੀ ਕਿਹਾ ਮੈਂ ਕਿ ਤੁਹਾਡੇ ਕਿਹਨੇ ਕਿਉਣਾ ਚਪੇੜਾ ਮਾਰ ਗਿਆ ਤੂੰ ਆਖਿਆ ਨਹੀਂ ਮੰਮੀ ਕੋਈ ਗੱਲ ਨਹੀਂ ਤੇਰੇ ਉਦੋਂ ਹੀ ਬਾਹ ਪੀੜੀ ਹੁੰਦੀ ਤੂੰ ਬਹਾਨੇ ਆ 2000 ਰੁਪਇਆ ਲੈ ਕੇ ਗਈ ਹਾਂ ਨਹੀਂ ਮੰਮੀ ਸੱਚੀ ਬਾਹ ਨਹੀਂ ਹੁਣ ਨਹੀਂ ਮੈਂ ਤੁਹਾਨੂੰ ਬਖਸ਼ਣਾ ਸਿੱਧੀ ਗੱਲ ਹੁਣ ਤੁਹਾਨੂੰ ਕੀ ਲੱਗਾ ਵੀ ਸਾਡੀ ਮੰਮੀ ਸਾਡੇ ਵੱਸ ਚ ਹੋਈ ਹੈ ਮੈਂ ਤਾਂ ਕੁੜੀ ਦਾ ਕਰਕੇ ਦੁਖੀ ਹਾਂ 2-3 ਦਿਨ ਮੈਂ ਕੁੜੀ ਦਾ ਕਰਕੇ ਬੜਾ ਮੇਰਾ ਮਨ ਪਰੇਸ਼ਾਨ ਰਿਹਾ ਸੀ ਤੇ ਮੈਂ ਤਾਂ ਕਰਕੇ ਚੁੱਪ ਕਰ ਰਹੀ ਹਾਂ ਤੁਹਾਨੂੰ ਕੀ ਲੱਗਦਾ ਸੀ ਮੰਮੀ ਸਾਡੇ ਵੱਸ ਚ ਹੋ ਗਈ ਹੈ ਮੰਮੀ ਤੁਹਾਨੂੰ ਕੁੜੀ ਦਾ ਦੁੱਖ ਹੀ ਤੇ ਅਸੀਂ ਵੀ ਤੇ ਕਿਹਦੀਆਂ ਧੀਆਂ ਹੀ ਆ ਨਾ ਨਹੀਂ ਤੁਹਾਨੂੰ ਦੁਖੀ ਹੈ ਤੁਹਾਨੂੰ ਕੀ ਹੁੰਦਾ ਤੁਹਾਡੇ ਬੰਦੇ ਕਿਤੇ ਨਸ਼ਾ ਕਰਦੇ ਨੇ ਤੁਹਾਡੇ ਬੰਦੇ ਤੁਹਾਡੀ ਸਾਈਂ ਸਾਹ ਲੈਂਦੇ ਨੇ ਉਹਦੇ ਨਸ਼ਾ ਪਤਾ ਕਰਦਾ ਵਾ ਉਹਦੇ ਹਰ ਇੱਕ ਸ਼ੈ ਘਰ ਦੀ ਲਈ ਜਾਂਦੇ ਮੈਂ ਤਾਂ ਕਰਕੇ ਤੁਸੀਂ ਦੁਖੀ ਆ ਅੱਗੋਂ ਉਹਦੀ ਕੁੜੀ ਵੀ ਨਹੀਂ ਠੀਕ ਹੈਗੀ ਤੇ ਮੈਨੂੰ ਤਾਂ ਦੁੱਖ ਨਹੀਂ ਤੁਹਾਨੂੰ ਕਾਹਦਾ ਦੁੱਖ ਹੈ ਮੈਨੂੰ ਪਹਿਲਾਂ ਇਹ ਦੱਸੋ ਤੁਹਾਨੂੰ ਮੇਰੇ ਵੱਲ ਵੇਖ ਲੈ ਮੰਮੀ ਚੁੱਪ ਪਿਆ ਕੀ ਕਾਰਨ ਇਹਨਾਂ ਨੇ ਹੱਦ ਮੁਕਾਤੀ ਮਗਰ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਕਿ ਇੱਥੇ ਦੁਨੀਆ ਵੱਸਦੀ ਹੈ ਭਾਬੀ ਕੀ ਗੱਲ ਹੋਈ ਦੱਸੋ ਤੁਸੀਂ ਸੁਣਿਆ ਭਾਬੀ ਬਾਬਾ ਕਰ ਦੀਦੀ ਬਾਬਾ ਦੇ ਮੰਮੀ ਦੇ ਅੱਖੋਂ ਦੁਖੀ ਹੋ ਕੇ ਫੇਰ ਸੱਦਿਆ ਸੀ ਮੰਮੀ ਨੇ ਸਾਨੂੰ ਸਤਾਇਆ ਹੀ ਬੜਾ ਸੀਗਾ ਨਾ ਤੇ ਮੰਮੀ ਸਾਨੂੰ ਚੱਜ ਨਾਲ ਰੋਟੀ ਖਾਣ ਦਿੰਦੀ ਸੀ ਨਾ ਹੀ ਅਸੀਂ ਥੱਲੇ ਕਦੇ ਬਹਿਣ ਦਿੰਦੀ ਸੀ ਚੱਜ ਦੇ ਨਾਲ ਮੂੰਹ ਵਿੱਚ ਹੈ ਜਦੋਂ ਰੋਟੀ ਖਾਣ ਬਹਿਣਾ ਤਾਂ ਖਾਲੀਆਂ ਰੋਟੀਆਂ ਖੋ ਕੇ ਮੰਮੀ ਨੇ ਹਾਲੇ ਨੌਵਾਂ ਥੋੜੀ ਨੌਕਰਾਨੀਆਂ ਬਣਾਇਆ ਸੀ ਘਰ ਦੀਆਂ ਤੇ ਹਾਰ ਕੇ ਅਸੀਂ ਦੁਖੀ ਹੋ ਕੇ ਫੇਰ ਗਏ ਹਾਂ ਬਾਬੇ ਦੇ ਕੋਲ ਉਦਾਂ ਸਾਨੂੰ ਕੀ ਲੋੜ ਸੀ ਜੇ ਸਾਨੂੰ ਚੱਜ ਨਾਲ ਖਾਣ ਪੀਣ ਰਹਿਣ ਨੂੰ ਦੇਣ ਦੀ ਮੰਮੀ ਫਿਰ ਅਸੀਂ ਥੋੜੀ ਮੰਮੀ ਕੋ ਦੁਖੀ ਹੋ ਕੇ ਬਾਬਿਆਂ ਕੋਲ ਜਾਣਾ ਸੀ
ਮੰਮੀ ਦੇ ਹਣੇ ਚਾਦੇ ਰੋਟੀ ਵੀ ਨਹੀਂ ਖਾਣ ਦਿੰਦੇ ਤਾਂ ਕਿ ਕੀ ਮੰਮੀ ਨੇ ਗਲਤੀ ਬੜੀ ਕਰਦੇ ਮੈਂ ਤਾਂ ਆਖਿਆ ਚੱਲੇ ਪੈਸੇ ਪੂਏ ਖਰਚ ਕੇ ਕਿਹਾ ਤਾਂ ਆਪ ਕਰਕੇ ਮੈਂ ਤਾਂ ਕਹੀ ਨਹੀਂ ਮੰਮੀ ਨੂੰ ਤੁਸੀਂ ਮੇਰੇ ਨਾਲ ਗਲਤ ਕਰਦੇ ਕਿ ਮੰਮੀ ਅੰਡਾ ਕੰਮ ਕਰਦੀ ਹੈ ਤੁਸੀਂ ਤਾਂ ਮੈਨੂੰ ਆਪਣੇ ਨਾਲ ਸਮਝਿਆ ਹੀ ਨਹੀਂ ਸਮਝਿਆ ਨਹੀਂ ਪਰ ਦੀਦੀ ਤੁਹਾਡੇ ਸਾਹਮਣੇ ਹੀ ਆ ਮੰਮੀ ਕਿੰਨੀ ਵਾਰੀ ਹੱਥ ਦੇ ਹੱਥ ਚੁੱਕਿਆ ਤੁਹਾਨੂੰ ਕਦੇ ਦੱਸਿਆ ਨਹੀਂ ਮੰਮੀ ਨੇ ਮੰਮੀ ਨੇ ਨਹੀਂ ਦੱਸਿਆ ਮੈਨੂੰ ਤੁਹਾਨੂੰ ਤਾਂ ਕਿਤੇ ਚੱਜ ਨਾਲ ਮੰਮੀ ਰੋਟੀ ਵੀ ਨਹੀਂ ਖਾਣ ਦਿੰਦੀ ਗਾੜੀ ਰੋਟੀ ਚੁੱਕ ਲੈਂਦੀ ਹੁੰਦੀ ਸੀ ਇੰਨੇ ਨਾ ਨੁਕਰਾ ਕਰਦੀ ਹੁੰਦੀ ਸੀ ਮੰਮੀ ਕੋਈ ਆਹ ਨੀ ਕੰਮ ਕਰਨਾ ਉਹ ਨੀ ਕੰਮ ਕਰਨਾ ਸਾਰੇ ਕੰਮ ਤੇ ਕੰਮ ਲਾ ਛੱਡਣਾ ਏਸੀ ਚ ਨਹੀਂ ਬੈਠਣ ਦਿੰਦੀ ਹੁੰਦੀ ਸੀ ਕਿਤੇ ਅਸੀਂ ਗਰਮੀ ਚ ਬਾਹਰ ਬਹਿੰਦੇ ਹੁੰਦੇ ਇਹਨਾਂ ਦੀ ਗਲਤੀਆਂ ਦੀ ਸੀਤ ਸਾਰੀ ਮੈਨੂੰ ਮਿਲ ਰਹੀ ਆ ਇਹ ਕੋਈ ਸਭ ਕੁਝ ਮੇਰੇ ਘਰ ਹੋਣ ਡਿਆ ਤੁਹਾਨੂੰ ਮੈਂ ਕਦੇ ਦੱਸਿਆ ਕਿ ਮੈਂ ਇੰਨੀ ਔਖੀ ਘਰ ਦੇ ਵਿੱਚ ਤੁਹਾਨੂੰ ਤੇ ਮੰਮੀ ਨੇ ਵੀ ਨਹੀਂ ਕਦੇ ਦੱਸਿਆ ਤਾਂ ਫਿਰ ਤੇ ਮੰਮੀ ਨੂੰ ਵੀ ਲੱਗ ਜਾਣੀ ਚਾਹੀਦੀ ਸੀ ਨਾ ਤੇ ਮੰਮੀ ਹੱਟ ਨਾਲ ਫਿਰ ਵੀ ਮਾੜਾ ਸਲੂਕ ਕਰਦੇ ਰਹੇ ਤਾਂ ਇਹ ਦੁਖੀ ਹੋ ਕੇ ਗਏ ਸੀ ਬਾਬਿਆਂ ਦੇ ਕੋਲ ਤੇ ਕੀ ਮਿਲਿਆ ਤੁਹਾਨੂੰ ਬਾਬਿਆਂ ਕੋਲ ਤੁਹਾਨੂੰ ਜਾ ਕੇ ਸਭ ਕੁਝ ਖਵਾ ਕੇ ਬੈਠੀਆਂ ਜੇ ਨਾ ਤੁਸੀਂ ਇੱਕ ਵਾਰ ਮੈਨੂੰ ਗਲਤ ਕਰਦੇ ਬਾਬੀ ਹੁਣ ਆਹ ਗੱਲ ਹੁਣ ਹੋਣ ਰਹੀ ਹੈ ਤੇ ਮੈਂ ਤੁਹਾਨੂੰ ਦੱਸ ਚੱਲੂ ਸਿੱਧੇ ਰਹਿ ਪਾਉਂਦੀ ਤੁਹਾਨੂੰ ਮੈਂ ਅਭੀ ਆਪਣੇ ਨਾਲ ਸਮਝਿਆ ਹੀ ਨਹੀਂ ਦੀਦੀ ਨੂੰ ਨਾਲ ਤੇ ਸਮਝਿਆ ਹੀ ਸਾਨੂੰ ਲੱਗਾ ਸ਼ਾਇਦ ਮੰਮੀ ਤੁਹਾਡੇ ਨਾਲ ਰਲ ਕੇ ਫੇਰ ਹੀ ਇਹ ਕੰਮ ਕਰਦੇ ਹੋਣੇ ਆ ਤੁਸੀਂ ਸਮਝਾਉਂਦੇ ਹਾਂ ਸ਼ਾਇਦ ਉੱਤੇ ਕੀ ਪਤਾ ਮੰਮੀ ਮੰਨ ਜਾਂਦੀ ਹਾਂ ਨਹੀਂ ਕੀ ਇਹਨੇ ਚੁਕਣਾ ਲੈਣ ਨਹੀਂ ਆਜੇ ਹਾਂ ਕੀ ਆਖਣੀਆਂ ਜੀ ਮੇਰੇ ਬਲ ਖਲਾਬ ਹਾਂ ਹੁਣ ਇਹਨੂੰ ਹੀ ਭੜਕਾਉਣ ਡਈਆਂ ਜੇ ਮੰਮੀ ਭੜਕਾਉਣ ਨਹੀਂ ਡਈਆਂ ਇਹ ਤਾਂ ਸੱਚ ਹੀ ਦੱਸਣ ਡਈਆਂ ਜੋ ਵੀ ਸਾਡੇ ਨਾਲ ਵਰਤਦਾ ਰਿਹਾ ਨਹੀਂ ਸੱਚ ਤਾਂ ਉਹਦਾ ਨਹੀਂ ਦੱਸਿਆ ਜੀ ਸਾਰਾ ਘਰ ਲੰਟਾ ਆਤਾ ਜੀ ਉਹਨੂੰ ਨਹੀਂ ਜਾਣੇ ਮੂੰਹ ਚੋਂ ਸੱਚ ਨਿਕਲਿਆ ਪਹਿਲਾਂ ਦੀਦੀ ਇਦਾਂ ਕਰਦੀ ਮੰਮੀ ਹਟ ਮੰਮੀ ਤੂੰ ਤਾਂ ਮੇਰੇ ਹੁੰਦਿਆਂ ਨਹੀਂ ਇਹਨਾਂ ਨੇ ਤਾਂ ਬਖਸ਼ਣੀ ਮੌਰ ਨਹੀਂ ਕਰਦੀਆਂ ਬਖਸ਼ ਨਹੀਂ ਸਾਰਾ ਕੋਈ ਤਾਂ ਲੰਟਾ ਆਤਾ ਕਰੋ ਮੈਂ ਦੱਸ ਹੁਣ ਕੀ ਕਰਾਂ ਇੱਥੇ ਸਾਰਾ ਕੁਝ ਇਹਨਾਂ ਨੇ ਦਿੱਤਾ ਬਾਬਿਆਂ ਨੂੰ ਮੇਰਾ ਇਦਾਂ ਮੰਮੀ ਤੂੰ ਕਰ ਨਹੀਂ ਤੇ ਸਾਰਾ ਇਦਾਂ ਮੇਰੇ ਗੜੀ ਆਉਣ ਡਿਆ ਵਾ ਵੇਖ ਲਈ ਮੇਰੇ ਘਰ ਦੇ ਹਾਲਾਤ ਕੀ ਬਣਦੇ ਨੇ ਮੰਮੀ ਅਸੀਂ ਧੀਆਂ ਤੇਰੀਆਂ ਇਹੀ ਆ ਇਹਨਾਂ ਨੂੰ ਧੀਆਂ ਸਮਝ ਆਪਣੀਆਂ ਜੋ ਪਿੱਛੇ ਹੋ ਗਿਆ ਜੋ ਵੀ ਹੋ ਗਿਆ ਸਭ ਮਿੱਟੀ ਪਾ ਪਿੱਛੇ ਵੇਖ ਮੇਰੇ ਘਰ ਦੇ ਹਾਲਾਤ ਕੀ ਕੁਝ ਉੱਥੇ ਬਣ ਡਿਆ ਵਾ ਇਹਨਾਂ ਨੇ ਹੀ ਤੇਰੇ ਕੰਮ ਆਉਣਾ ਵਾ ਤੇ ਭਾਬੀ ਤੁਸੀਂ ਮੈਨੂੰ ਮਾਂ ਸਮਝੋ ਤੁਸੀਂ ਇਹ ਤੁਹਾਡੀ ਸੱਸ ਨੀ ਮਾਂ ਵਾ ਅਸੀਂ ਤੇ ਮਾਂ ਹੀ ਸਮਝਦੇ ਦੀਦੀ ਜੇ ਮਾਂ ਨਾ ਸਮਝੋ ਤੇ ਇਹ ਕੰਮ ਨਾ ਹੁੰਦੇ ਤੁਸੀਂ ਬਾਬਿਆਂ ਨੂੰ ਨਾ ਸੱਦਦੇ ਪਰ ਮੰਮੀ ਨੇ ਹਾਲੇ ਦੁਖੀ ਬੜਾ ਕੀਤਾ ਸੀ ਨਾ ਫਿਰ ਅਸੀਂ ਕੀ ਕਰਦੇ ਨਾ ਮੰਮੀ ਹੁਣ ਰੋਟੀ ਖਾਣ ਦਿੰਦੇ ਸੀ ਤੁਸੀਂ ਇੱਕਾ ਮੈਨੂੰ ਫੋਨ ਤੇ ਕਰਦੇ ਤੁਸੀਂ ਨਹੀਂ ਸਾਡੀ ਕਦੀ ਗੱਲ ਸੁਣੀ ਤੁਸੀਂ ਮੈਨੂੰ ਕਦੀ ਆਪਣੀ ਆਪਣੇ ਨਾਲ ਸਮਝਿਆ ਮੈਨੂੰ ਉਦੋਂ ਮੈਂ ਆਈ ਹਾਂ ਤਾਂ ਤੁਸੀਂ ਦੋ ਘੰਟੇ ਤੁਸੀਂ ਅੰਦਰ ਵੜੀਆਂ ਸੀ ਤੁਸੀਂ ਆਣ ਕੇ ਉਹਦੇ ਮੇਰਾ ਇੰਨਾ ਮੇਰਾ ਮਨ ਘਟਾ ਮੈਂ ਵੜੀ ਨਹੀਂ ਇੱਥੇ ਆ ਕੇ ਤੁਹਾਡੇ ਕੋਲ ਚੜ੍ਹ ਹੁਣ ਵੀ ਉਹ ਕਰ ਤਾਂ ਮੈਨੂੰ ਕਿੱਦਾਂ ਮੰਮੀ ਨੂੰ ਪਤਾ ਲੱਗ ਗਿਆ ਬਸ ਕਿਹਨੇ ਦੱਸਿਆ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਤੇ ਮੰਮੀ ਚੜ ਕੇ ਨਾ ਜਾਂਦੀ ਤੇ ਮਿਠਾਈ ਮੁੱਕ ਜਾਣੇ ਤੁਹਾਡੇ ਤੱਕ ਮੈਂ ਗੱਲ ਪਹੁੰਚੀ ਕਦੀ ਕਿ ਨਹੀਂ ਮੈਂ ਦੁਖੀ ਕਦੀ ਮੈਂ ਕਦੇ ਕਦੀ ਕੀਤੀ ਗੱਲ ਕਦੀ ਮੰਮੀ ਸਾਨੂੰ ਦੱਸਦੇ ਅਸੀਂ ਫਿਰ ਕਿਤੇ ਜਾਂਦੇ ਨਾ ਤੇ ਮੰਮੀ ਸਾਨੂੰ ਕਿਤੇ ਜਾਣ ਹੀ ਦੇਦੀ ਤੇ ਕਿੱਦਾਂ ਸਾਨੂੰ ਫੋਨ ਫੋਨ ਵੀ ਖੋ ਲੈਂਦੀ ਸੀ ਮੰਮੀ ਤੁਹਾਡੇ ਕੋਲ ਭਾਬੀ ਰਹਿ ਕੇ ਆਈ ਬਟ ਨਹੀਂ ਠੀਕ ਭਾਬੀ ਨੇ ਵੇਖੇ ਮੇਰੇ ਘਰ ਦੇ ਹਾਲਾਤ ਭਾਬੀ ਨੂੰ ਕਿਹੜਾ ਨਹੀਂ ਪਤਾ ਭੁੱਲ ਵਾ ਤੇ ਘਰ ਕਿੱਦਾਂ ਮੈਂ ਘਰ ਦੇ ਦੇਣ ਲੰਘਾਉਣ ਦੀ ਤੁਹਾਨੂੰ ਪਤਾ ਉੱਤੋਂ ਆਣ ਕੇ ਆ ਤਾਂ ਹੋਰ ਇੱਥੇ ਤਾਂ ਤਮਾਸ਼ਾ ਨਾਲ ਦੀ ਲੋਕਾਂ ਨੂੰ ਵਿਖਾਉਂਦੇ ਜੀ ਲੋਕੀ ਵੇਖ ਵੇਖ ਨਾਲੇ ਹੱਥ ਦੇ ਨੇ ਨਾਲੇ ਬਸ ਦੇ ਤੇਲ ਪਾਉਂਦੇ ਆ ਤੁਹਾਨੂੰ ਕਿੰਨੇ ਰਾਹ ਦਿੱਤੀ ਹੈ ਬਾਬਿਆਂ ਵਾਲੀ ਤੁਹਾਡੀ ਕੋਈ ਹਾਸਲ ਹੋਇਆ ਮੰਮੀ ਚੁੱਪ ਕਰ ਤੇਰਾ ਵੇਖ ਤੇ ਮਗਾ ਤੂੰ ਇੰਨੀ ਔਖੀ ਆ ਤੇ ਮੇਰਾ ਦੱਸ ਕੀ ਹਾਲ ਬਣ ਗਿਆ ਤੇ ਚੁੱਪ ਕਰ ਨਾ ਚਾਰ ਦਿਨ ਤੁਹਾਨੂੰ ਮੈਂ ਮੰਮੀ ਤੇ ਲੈ ਕੇ ਆਈ ਹੋ ਗੱਲ ਤੁਹਾਡਾ ਅੜ ਕੇ ਵੇਖ ਕੇ ਦੱਸੋ ਮੇਰਾ ਕੀ ਜੀਣ ਵਾ ਸਾਡੇ ਕੋਲ ਵੀ ਗਲਤੀ ਹੋ ਗਈ ਅਸੀਂ ਵੀ ਮਾਫੀ ਮੰਗਦੇ ਹਾਂ ਜੋ ਵੀ ਅਸੀਂ ਕੀਤਾ ਮੰਮੀ ਸਾਨੂੰ ਵੀ ਮਾਫ ਕਰ ਦਿਓ ਤੁਸੀਂ ਰੋ ਨਾ
ਅਸਲੀ ਮਾਂ ਤੁਹਾਡੀ ਇਹੀ ਆ ਤੇ ਤੁਸੀਂ ਇਹ ਨੂੰਹਾਂ ਨਹੀਂ ਤੇ ਧੀਆਂ ਜਿਹੜੀਆਂ ਮੈਂ ਤੇ ਮੈਨੂੰ ਫੋਨ ਕਰਕੇ ਮੈਂ ਤਾਂ ਉੱਥੇ ਚੱਲ ਕੇ ਸੋਵਾਂਗੀ ਨਾ ਔਖੇ ਵੇਲੇ ਤੁਹਾਡੇ ਇਹਨੇ ਹੀ ਕੰਮ ਆਉਣਾ ਤੇ ਤੁਸੀਂ ਇਹਨੇ ਕੰਮ ਆਉਣਾ ਕਿ ਗੁਆਂਢ ਨੇ ਤੁਹਾਨੂੰ ਨਹੀਂ ਪੁੱਛਣਾ ਲੋਕੀ ਰਾਹ ਬਹੁਤ ਵਿਖਾਉਂਦੇ ਨੇ ਕਿ ਇਹਨਾਂ ਦਾ ਘਰ ਖੇਰੂ ਖੇਰੂ ਹੋ ਜੇ ਅੱਡ ਹੋਣ ਵਾਲੀਆਂ ਗੱਲਾਂ ਤੁਸੀਂ ਕਿੰਨੀਆਂ ਤੁਸੀਂ ਕੀਤੀਆਂ ਸੀ ਮਸਲਾ ਮੰਮੀ ਦਾ ਨਹੀਂ ਅੱਡ ਨਹੀਂ ਹੋਣ ਦੇਣਾ ਜੋ ਮਰਜ਼ੀ ਇਹਨੂੰ ਅੱਡ ਨਹੀਂ ਹੋਣ ਦੇਣਾ ਜੋ ਇਕੱਠੇ ਵਿੱਚ ਏਕਤਾ ਨਾ ਉਹ ਕਿਤੇ ਵੀ ਨਹੀਂ ਕਿੰਨਾ ਜ਼ੋਰ ਲਾਇਆ ਸੀ ਅੱਡ ਹੋਣ ਵਾਸਤੇ ਜਿੱਥੇ ਦੋ ਭਾਂਡੇ ਉੱਥੇ ਖੜਕਦੇ ਵੀ ਆ ਖੜਕਦੇ ਵੀ ਆ ਜਿਹੜੀ ਬਹਿ ਕੇ ਗੱਲ ਕਰ ਲੈਣੀ ਨਾ ਉਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਮਾਮੀ ਮੇਰੀ ਗੱਲ ਸੁਣੋ ਜੋ ਹੁਣ ਪਿੱਛੇ ਹੋਇਆ ਨਾ ਸਭ ਮਿੱਟੀ ਪਾ ਦਿਓ ਠੀਕ ਆ ਭੁੱਲ ਜਾਓ ਆਹ ਤੁਹਾਡੀ ਮਾਂ ਵਾ ਠੀਕ ਆ ਮੰਮੀ ਤੂੰ ਵੀ ਜੋ ਸਭ ਕੁਛ ਹੋਇਆ ਭੁੱਲ ਜਾ ਹੁਣ ਤਾਂ ਅਸੀਂ ਧੀਆਂ ਤੇਰੀਆਂ ਇਹੀ ਆ ਠੀਕ ਆ ਨਾ ਤੇ ਤੂੰ ਇਹਨਾਂ ਧੀਆਂ ਨੂੰ ਮਾਫ਼ ਕਰ ਆਪਣੇ ਘਰ ਅੱਜ ਖੁਸ਼ੀ ਰਹੋ ਚਲ ਮੰਮੀ ਅਸੀਂ ਵੀ ਤੁਹਾਡੇ ਕੋਲ ਮਾਫ਼ੀ ਮੰਗਦੇ ਹਾਂ ਮਾਫ਼ ਕਰ ਲਓ ਮੰਮੀ ਤੁਹਾਨੂੰ ਅੱਜ ਤੋਂ ਬਾਅਦ ਆਪਾਂ ਰਲ ਮਿਲ ਕੇ ਰਿਹਾ ਕਰਾਂਗੇ ਮੰਮੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਨੂੰ ਸਾਡੀ ਸੱਸ ਪ੍ਰਧਾਨ ਸਟੋਰੀ ਕਿਵੇਂ ਦੀ ਲੱਗੀ ਤੇ ਅਸੀਂ ਤੁਹਾਨੂੰ ਇਸ ਰਾਹੀਂ ਇਹ ਸੁਨੇਹਾ ਨਾਲ ਦੇਣਾ ਚਾਹੁੰਦੇ ਹਾਂ ਕਿ ਵੀ ਜਿਹੜੀਆਂ ਸੱਸਾਂ ਵਾ ਉਹ ਨੂੰਹਾਂ ਨੂੰ ਧੀਆਂ ਵਾਂਗੂ ਪਿਆਰ ਕਰਨ ਤੇ ਨੂੰਹਾਂ ਵੀ ਆਪਣੀਆਂ ਸੱਸਾਂ ਨੂੰ ਮਾਵਾਂ ਵਾਂਗੂ ਰੱਖਣ ਨਾਲੇ ਆਪਾਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਪਖੰਡੀ ਬਾਬਿਆਂ ਵੱਲ ਨਹੀਂ ਜਾਣਾ ਚਾਹੀਦਾ ਧੰਨਵਾਦ ਤੁਹਾਡਾ ਸਾਡੀਆਂ ਵੀਡੀਓ ਵੇਖਣ ਵਾਸਤੇ ਤੇ ਸਾਡੀਆਂ ਵੀਡੀਓ ਇੱਦਾਂ ਹੀ ਵੇਖਦੇ ਰਹੋ ਤੇ ਸਾਡਾ ਸਾਥ ਦਿੰਦੇ ਰਹੋ ਇੱਦਾਂ ਹੀ ਅਸੀਂ ਅੱਗੇ ਵੱਧਦੇ ਜਾਈਏ ਤੁਹਾਡੇ ਸਭ ਦੇ ਪਿਆਰ ਦੇ ਨਾਲ ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਵੀਡੀਓ ਦੇ ਵਿੱਚ ਉਹ ਵੀ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਤਾਂ ਜੋ ਅਸੀਂ ਅੱਗੇ ਆਪਣੀ ਵੀਡੀਓ ਦੇ ਵਿੱਚ ਗਲਤੀਆਂ ਦਾ ਸੁਧਾਰ ਕਰ ਸਕੀਏ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਠੀਕ ਹੋ ਅਸੀਂ ਵੀ ਸਾਰੇ ਠੀਕ ਠਾਕ